ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਮਰਸਡੀਜ਼ ਕਾਰ ਕਾਫੀ ਜ਼ਿਆਦਾ ਤੇਜ਼ ਸੀ ਅਤੇ ਕੰਟਰੋਲ ਤੋਂ ਬਾਹਰ ਹੋ ਚੁੱਕੀ ਸੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਨੇ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਅਤੇ ਮਰਸਡੀਜ਼ ਕਾਰ ਨੇ ਬਾਈਕ ਨੂੰ ਕਾਫੀ ਦੂਰ ਤੱਕ ਘੜੀਸਿਆ, ਜਿਸ ਤੋਂ ਬਾਅਦ ਉਸ ਬਾਈਕ ਦੇ ਵਿੱਚ ਅੱਗ ਲੱਗ ਗਈ। ਹਾਲਾਂਕਿ ਕਿਹਾ ਜਾ ਰਿਹਾ ਕਿ ਜੋ ਬਾਈਕ ਦੇ ਉੱਤੇ ਸਵਾਰ ਸੀ ਦੋਨੋਂ ਨੌਜਵਾਨ ਘੜੀਸਣ ਤੋਂ ਬਾਅਦ ਉਹਨਾਂ ਦੇ ਵਿੱਚ ਹਿੰਮਤ ਹੀ ਨਹੀਂ ਸੀ ਕਿ ਉਹ ਉੱਠ ਕੇ ਸਾਈਡ ਹੋ ਸਕਣ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਦੋਵਾਂ ਦੀ ਝੁਲਸਣ ਦੇ ਕਾਰਨ ਮੌਤ ਹੋਈ ਹੈ। ਹਾਲਾਂਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇੱਕ ਨੌਜਵਾਨ ਦੀ ਆਪਣੇ ਸਰੀਰ ਤੋਂ ਹੀ ਜੋ ਲੱਤ ਹੈ ਉਹ ਵੱਖ ਹੋ ਗਈ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ। ਉਹਨਾਂ ਦੇ ਵੱਲੋਂ ਹੁਣ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਜਲੰਧਰ ਨੈਸ਼ਨਲ ਹਾਈਵੇ ਦੇ ਕੋਲ ਇਹ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਮਰਸਡੀਜ਼ ਕਾਰ ਨੇ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ। ਕਿਹਾ ਜਾ ਰਿਹਾ ਕਿ ਇਹਨਾਂ ਦੇ ਨਾਲ ਕੁਝ ਹੋਰ ਵੀ ਨੌਜਵਾਨ ਸੀ ਜੋ ਕਿ ਬਾਈਕ 'ਤੇ ਅੱਗੇ ਜਾ ਰਹੇ ਸੀ ਅਤੇ ਦੋਵੇਂ ਇਹ ਨੌਜਵਾਨ ਇੱਕ ਬਾਈਕ 'ਤੇ ਪਿੱਛੇ ਜਾ ਰਹੇ ਸੀ, ਜਿਸ ਤੋਂ ਬਾਅਦ ਇੱਕ ਮਰਸਡੀਜ਼ ਕਾਰ ਤੇਜ਼ ਰਫ਼ਤਾਰ ਆਉਂਦੀ ਹੈ ਅਤੇ ਬਾਈਕ ਨੂੰ ਜ਼ਬਰਦਸਤ ਟੱਕਰ ਮਾਰ ਦਿੰਦੀ ਹੈ, ਜਿਸ ਤੋਂ ਬਾਅਦ ਬਾਈਕ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ। ਹਾਲਾਂਕਿ ਅੱਗ ਲੱਗਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਬਾਈਕ ਹੈ ਉਹ ਬਿਲਕੁਲ ਹੀ ਅੱਗ ਦੀ ਲਪੇਟ ਦੇ ਵਿੱਚ ਹੈ ਅਤੇ ਕਿਹਾ ਜਾ ਰਿਹਾ ਕਿ ਜੋ ਇਸ ਬਾਈਕ ਦੇ ਉੱਤੇ ਦੋ ਨੌਜਵਾਨ ਸਵਾਰ ਸੀ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਮਰਸਡੀਜ਼ ਕਾਰ ਹੈ ਉਹ ਵੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ। ਫਿਲਹਾਲ ਮਰਸਡੀਜ਼ ਕਾਰ ਅਤੇ ਬਾਈਕ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਜਾਂਦੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸੈਡ ਮਾਰ ਗਿਆ, ਇਹ ਪਿੱਛੇ ਸੀਗੇ ਦੋ ਜਣੇ, ਅਸੀਂ ਮੂਹਰੇ ਸੀਗੇ, ਗੱਡੀ ਬੜੀ ਤੇਜ਼ ਸੀਗੀ, ਉਹ ਗੱਡੀ ਵਾਲਾ ਦੋਨਾਂ ਨੂੰ ਸੈਡ ਮਾਰ ਗਿਆ, ਇਹ ਹੁਣ ਵਧੇ ਮੌਕ ਗਏ ਦੋਨੇ, ਘੜੀਸਦਾ ਲੈ ਗਿਆ, ਡਰਾਈਵਰ ਦਾ ਫੜ ਲਿਆ ਜੀ, ਡਰਾਈਵਰ ਫੜ ਲਿਆ ਜੀ, ਹਾਂਜੀ ਹਾਂਜੀ, ਗੱਡੀ ਫਾਲੀ ਸੋ ਮੂਹਰੇ ਜਾ ਕੇ, ਹਾਂਜੀ ਹਾਂਜੀ ਦਾਰੂ ਪੀਤੀ ਹੋਣੀ ਹੈ ਜੀ, ਹਾਂਜੀ ਹਾਂਜੀ ਗੱਡੀ ਵਾਲੇ ਦਾਰੂ ਪੀਤੀ ਹੋਈ ਜੀ, ਆਸ਼ਾ ਊਰ ਜੀ, ਹਾਂਜੀ ਇੱਕ ਤਾਂ ਪਾਲੋਂ ਦੱਸ ਜੀ, ਇਹ ਅਸੀਂ ਪੈਲਸ 'ਚੋਂ ਨਿਕਲੇ ਸੀਗੇ 7:30 ਵਜੇ, ਹਾਂਜੀ ਇਹ ਹੋਇਆ 7:45 ਵਜੇ, ਸ਼ਾਮ ਦੇ ਟਾਈਮ 7:45 ਵਜੇ, ਹਾਂਜੀ ਹਾਂਜੀ 3-4 ਘੰਟੇ ਹੋ ਗਏ ਆ, ਬੋੜੀ ਲੈ ਗਏ ਆ, ਹਾਂਜੀ ਬੋੜੀ ਲੈ ਗਏ ਜੀ ਗੱਡੀ। ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁਲ ਦੇ ਉੱਪਰ ਥਾਣੇ ਦੇ ਸਾਹਮਣੇ, ਅਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਅਤੇ ਉਹਨਾਂ ਦੀਆਂ ਮੌਕੇ 'ਤੇ ਮੌਤ ਹੋ ਗਈ, ਬਾਕੀ ਜਿਹੜੀ ਅਸੀਂ ਸਾਰੇ ਕਬਜ਼ੇ 'ਚ ਲੈ ਲਈਏ ਗੱਡੀ ਅਤੇ ਬੰਦਾ ਵੀ ਕਬਜ਼ੇ 'ਤੇ ਲੈ ਲਿਆ ਅਤੇ ਅਗਲੀ ਤੋਂ 30,000 ਹਾਂ ਮੌਕੇ 'ਤੇ ਪਛਾਣ ਹੋਏ ਕਿੱਥੇ ਦੇ ਇਹ ਹਾਲੇ ਪੂਰਾ ਨਹੀਂ ਅਸੀਂ ਪੂਰਾ ਆਈਡੈਂਟੀਫਾਈਡ ਨਹੀਂ ਹੋਇਆ, ਅਸੀਂ ਕਰ ਰਹੇ ਹਾਂ ਜੀ ਚੈੱਕ ਕਰ ਰਹੇ ਹਾਂ, ਕਾਹਦੇ 'ਤੇ ਸੀ ਇਹ ਬਾਈਕ 'ਤੇ ਸੀਗੇ, ਬਾਈਕ 'ਤੇ ਵੀ ਕਹਿੰਦੇ ਅੱਗ ਲੱਗ ਗਈ ਬਾਈਕ ਨੂੰ, ਹਾਂ ਉਹ ਨਾਲ ਫਿਰ ਜਿੱਦਾਂ ਰਿੰਗਣ ਨਾ ਨਾ ਟੈਂਕੀ ਨੂੰ ਟੈਂਕੀ ਨਾਲ ਘਸਰਾ ਘਸਰਨ ਦੇ ਨਾਲ ਨਾ ਪੈਟਰੋਲ ਕਰਕੇ ਪੈ ਗਏ ਉਹਨਾਂ ਨੂੰ।